मतलब सुरक्षित महसूस करते हो भी पंजाब च रहना सुरक्षित है? नहीं जी, कोई सुरक्षित का कहदा तड़के का पता नहीं, किसी ने उठना या नहीं उठना, जो शहर बाजार गया शाम को पता नहीं मुड़ना कि नहीं मुड़ना। ला आर्डर तो उही है, जिहड़ा बंदा गया तो घर आके रोटी खा ली बच गया उही है जी, पर परिवार के आया ही पता लगता भी बंदा पहुँच गया, तो नहीं तो अजकल कोई हालात एडे माड़े हो गए, हालातों का बहुत औखा होया पाया, क्योंकि बंदा जदों भी खेतों या बाहर घर पै जाना कोठियों के बंदा सौ जाता, पता लगता नहीं भी कोई कौन चढ़िया या कौन नहीं, एक दूजे गुआढ़ी नहीं पता लगता ही खड़के हुए का भी, क्योंकि घर जो आप कोई बाथरूम च नहाँ आम आप कोठी के गलबात करते हो बाथरूम वाले की गल नहीं सुन रही, तो अज क ये तो फिर जोड़े योजे काम हो जाने कोई खतरे तो खाली नहीं जी, कोई औखा ही है जी, कोई सुरक्षित नहीं गा। सुरक्षित तो बस उही तुहानू अगे भी दस्या भी वह है जिहड़ा बंदा शाम को घर पहुँच जाता अपने परिवार के, कोई पता नहीं जी 5 मिनट के भी की हो जाना। ਤੁਹਾਨੂੰ ਲੱਗਦਾ ਜੀ ਵੀ ਪੰਜਾਬ ਜਿਵੇਂ ਗੱਲਾਂ ਕੀਤੀਆਂ ਦੀ ਲਾ ਐਂਡ ਆਰਡਰ ਬਹੁਤ ਵਧੀਆ, ਹੁਣ ਮਤਲਬ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਹੁਣ ਤਾਂ ਪਿੰਡਾਂ ਦੇ ਵਿੱਚ ਘਰੇ ਵੜ ਵੜ ਕੇ ਰਹੇ ਆ ਜੀ, ਹਾਲਾਤ ਮੌਕਾ ਦੱਸੀ ਜਾਂਦਾ ਜੀ ਤੁਹਾਨੂੰ ਕਿੰਨਾ ਕੁ ਕੋਈ ਆਪਣੇ ਆਪ ਨੂੰ ਆਪਾਂ ਸੇਫ ਮੰਨਦੇ ਜੀ, ਕੋਈ ਲਾ ਐਂਡ ਆਰਡਰ ਦੀ ਕੋਈ ਲੱਗਦਾ ਨਹੀਂ, ਸਾਨੂੰ ਤਾਂ ਲੱਗਦੀ ਨਹੀਂ ਵੀ ਸਥਿਤੀ ਵਧੀਆ ਜੀ, ਘਰੇ ਵੜ ਕੇ ਕਰਨ ਲੱਗੇ ਮਤਲਬ ਘਟਨਾਵਾਂ ਹੁਣ ਤਾਂ ਬਿਲਕੁਲ ਜੀ। ਆ ਵੇਖ ਲਓ ਤੁਸੀਂ ਇਹ ਕੱਲੇ ਕੀਤੀ ਸਾਹਮਣੇ ਤੁਹਾਡੇ ਆ, ਸਾਹਮਣੇ ਮੇਰਾ ਘਰ ਆ, ਸਾਨੂੰ ਨਹੀਂ ਕਿਸੇ ਨੂੰ ਪਤਾ ਲੱਗਣ ਦਿੱਤਾ, ਕਿਸੇ ਤੱਕ ਆਵਾਜ਼ ਤੱਕ ਨਹੀਂ ਨਿਕਲੀ ਜੀ। ਹਾਂਜੀ, ਬਾਕੀ ਰਾਤ ਇਹਨਾਂ ਨੇ ਰੋਟੀ ਪਾਣੀ ਖਾਧਾ ਜੀ, ਪਏ ਆ ਤੜਕੇ, ਉਹ ਮੁੰਡਾ ਟੇਲਰ ਆ ਜੀ ਇੱਥੇ, ਉਹ ਸਭ ਤੋਂ ਪਹਿਲਾਂ ਇਹਨਾਂ ਦੇ ਟੱਚ 'ਚ ਰਹਿੰਦਾ ਜੀ ਜ਼ਿਆਦਾ, ਉਹ ਠੀਕ ਹੈ, ਉਹਨੇ ਹੀ ਆ ਕੇ ਦੇਖਿਆ ਜੀ ਫੋਨ 'ਤੇ, ਉਹਨੇ ਗੱਲ ਕੀਤੀ, ਪਹਿਲਾਂ ਫੋਨ ਲੱਗਿਆ ਨਹੀਂ ਗਾ, ਸਵਿੱਚ ਆਫ ਆਉਂਦਾ ਸੀਗਾ ਜੀ, ਬਾਅਦ 'ਚ ਆਇਆ ਤਾਂ ਉਹਨੇ ਐਂਟਰ ਹੋਇਆ ਜੀ, ਕੋਠੀ ਦੇ ਦਰਵਾਜ਼ੇ ਵਿੱਚ ਟੁੱਟੇ ਪਏ ਸਾਰਾ, ਬਾਰੀਆਂ ਗੁਰੂ ਖੁੱਲ੍ਹਿਆ, ਸਮਾਨ ਖਿਲਰਿਆ ਪਿਆ ਜੀ, ਸਮਾਨ ਖਿਲਰਿਆ ਹੋਇਆ ਸਰ। ਹਾਂਜੀ, ਕੋਈ ਤੇਜ਼ ਧਾਰ ਹਥਿਆਰ ਉਹਨਾਂ ਨੇ ਸਿਰ 'ਚ ਕੋਈ ਹੈਵੀ ਮਾਰਿਆ ਜੀ, ਮੱਥੇ 'ਤੇ ਉਹਨਾਂ ਦੇ ਇੱਥੇ ਟਾਕ ਲੱਗਿਆ ਜੀ ਬਹੁਤ ਡੂੰਘਾ, ਉਹਦੇ ਨਾਲ ਇਹਨਾਂ ਦੀ ਮੌਤ ਹੋ ਗਈ ਜੀ, ਇਕੱਲੇ ਰਹਿ ਰਹੇ ਸੀ ਵਿਚਾਰੇ ਜੀ। ਹਾਂਜੀ, ਬਾਕੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਜੀ ਮੌਕੇ 'ਤੇ, ਜਾਂਚ ਕਰੀ ਜਾਂਦੇ ਜੀ, ਕੈਮਰੇ ਵਗੈਰਾ ਚੈੱਕ ਕਰ ਰਹੇ ਜੀ। ਕੈਮਰੇ ਲੱਗੇ ਹੋਏ ਇੱਥੇ? ਨਹੀਂ, ਇੱਥੇ ਕੋਠੀ 'ਚ ਕੈਮਰੇ ਨਹੀਂ ਲੱਗੇ ਜੀ ਇਹਨਾਂ ਦੇ, ਪਾਸੇ ਹਾਂਜੀ ਪਾਸੇ ਆਸੇ ਤੋਂ ਚੈੱਕ ਕਰ ਰਹੇ ਜੀ। ਹਾਂਜੀ, ਜਾਂਚ ਕਰੀ ਜਾ ਰਿਹਾ ਜੀ ਪੁਲਿਸ ਡਿਪਾਰਟਮੈਂਟ ਆਪਦੀ ਜੀ। ਹਾਂਜੀ, ਪੁਲਿਸ ਡਿਪਾਰਟਮੈਂਟ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕੀ ਹੋਈ ਆ ਜਾਂਚ ਹੁਣ ਤੱਕ। ਸਰ, ਹੁਣ ਤੱਕ ਕੀ ਪਤਾ ਲੱਗਿਆ ਜੀ, ਕਿੱਥੇ ਤੱਕ ਪਹੁੰਚੀ ਇਨਕੁਆਇਰੀ ਸਾਰੀ? ਅਜੇ ਤਾਂ ਜੀ ਦੇਖੋ, ਖੋਲ੍ਹ ਕੇ ਕੋਠੀ ਦੇਖੀ ਆ, ਬੰਦਾ ਬੈੱਡ ਤੋਂ ਥੱਲੇ ਡੈਥ ਹੋਈ ਪਈ ਆ, ਅਜੇ ਕੋਈ ਸਾਡੀ ਚੱਲ ਰਹੀ ਤਫਤੀਸ਼, ਅਜੇ ਡੋਗ ਸਕਾਊਟ ਆ ਗਈ ਸਾਡੀ, ਫਰੈਸਿਕ ਸੈਂਸ ਵਾਲੇ ਵੀ ਆ ਗਏ ਆ, ਉਸ ਦੇ ਹਿਸਾਬ ਨਾਲ ਚੱਲਾਂਗੇ, ਕਿਉਂ ਬੰਦਾ ਇਕੱਲਾ ਸੀਗਾ ਘਰ 'ਚ ਜੀ, ਕੈਮਰੇ ਦੇਖ ਰਹੇ ਅਸੀਂ ਜੋ ਵੀ ਤਫਤੀਸ਼ ਸਾਹਮਣੇ ਆਊਗਾ। ਜਿਹੜਾ ਹਮਲਾ, ਹਮਲਾ ਕਿਹੋ ਜਿਹੇ ਹਥਿਆਰ ਨਾਲ ਹੋਇਆ ਲੱਗਦਾ? ਹਮਲਾ ਤਾਂ ਕੋਈ ਮੇਨ ਹਥਿਆਰ ਤਾਂ ਨਹੀਂ ਯੂਜ ਹੋਇਆ, ਕੋਈ ਚਾਕੂ ਵਗੈਰਾ ਸੀ ਜਾਂ ਕਿਰਚ ਵਗੈਰਾ ਹੋ ਸਕਦੀ ਉਹਨਾਂ ਕੋਲ, ਅਜੇ ਡੈੱਡ ਬੋਡੀ ਸਿੱਧੀ ਠੀਕ ਕਰਕੇ ਦੇਖੀ ਨਹੀਂ ਪੂਰੀ, ਕਿੰਨੀਆਂ ਸੱਟਾਂ ਨੇ, ਡਾਕਟਰ ਸਾਹਿਬ ਦੱਸਣਗੇ, ਡੋਗ ਸਕਾਟ ਆ ਗਈ ਅਸੀਂ। ਫਿਰ ਕੋਈ ਸਮਾਨ ਵੀ ਮਿਸਿੰਗ ਹੈ ਘਰ ਦੇ ਵਿੱਚੋਂ? ਸਮਾਨ ਬਹੁਤ ਸਾਰਾ ਖਿਲਰਿਆ ਪਿਆ ਸਰ ਕਮਰਿਆਂ 'ਚ, ਸਾਰਾ ਖਿਲਰਿਆ ਪਿਆ। ਹਾਂਜੀ, ਉਹਦਾ ਬੇਟਾ ਆਊਗਾ ਤਾਂ ਚੈੱਕ ਕਰੂਗਾ, ਵੇਖੋ ਅਸੀਂ ਇੱਦਾਂ ਬਿਲਕੁਲ ਕੀ ਪਤਾ ਵੀ ਉਹਦੇ ਵਿੱਚ ਕੀ ਸੀਗਾ, ਉਹਦਾ ਬੇਟਾ ਅਤੇ ਉਹਦੀ ਬੇਟੀ ਆ ਰਹੇ ਆ, ਫਿਰ ਉਹ ਦੱਸਣਗੇ ਵੀ ਕੀ ਕਿੰਨਾ ਨੁਕਸਾਨ ਹੋਇਆ ਉਹਨਾਂ ਦੇ ਆਉਣ 'ਤੇ। ਕੱਲ੍ਹ ਸੁਬਹਾ ਗੱਲ ਹੋ ਗਈ ਉਹਨਾਂ ਨਾਲ, ਉਹ ਕਹਿੰਦੇ ਵੀ ਸੁਬਹਾ ਤੀਕਰ ਅਸੀਂ ਪਹੁੰਚਾਂਗੇ। ਜਿਹੜੀ ਐਂਟਰੀ ਐਂਟਰੀ ਕੀ ਲੱਗਦਾ ਵੀ ਕਿੱਥੋਂ ਹੀ ਉਸੇ ਰਾਹ ਹੋਈ ਜਿਹੜੀ ਕਹਿ ਰਹੇ? ਮੇਨ ਪੌੜੀ ਲੱਗੀ ਆ ਜੀ, ਬਾਥਰੂਮ ਬਣਾਇਆ ਨਾ, ਬਾਥਰੂਮ ਤੋਂ ਪੌੜੀ ਲੱਗੀ ਤਾਂ ਐਂਟਰ ਹੋਏ ਬੰਦੇ, ਉਹ ਦੂਜੀ ਮੰਜ਼ਿਲ ਤੋਂ ਉੱਪਰ ਮਰਚਾਂ ਵੀ, ਉੱਪਰ ਵੀ ਪਈਆਂ ਬੈਡਰੂਮ 'ਚ ਮਰਚਾਂ ਅਤੇ ਥੱਲੇ ਵੀ ਮਰਚਾਂ ਪਈਆਂ। ਇੱਕ ਸਫ਼ਾ ਜਿਵੇਂ ਉਹ ਬੰਦਾ ਉਹਨਾਂ ਨਾਲ ਵਿਰੋਧ ਕਰਦਾ ਰਿਹਾ, ਠੀਕ ਹੈ ਵੀ ਫੌਜੀ ਅਫਸਰ ਸੀਗਾ, ਉਹਨਾਂ ਨਾਲ ਉਹਨੇ ਵਿਰੋਧ ਕੀਤਾ, ਉਹਦੀ ਕੋਸ਼ਿਸ਼ ਕੀਤੀ ਉਹਨੇ, ਔਰ ਬੰਦੇ ਜ਼ਿਆਦਾ ਹੋਣਗੇ। ਕੀ ਲੱਗਦਾ ਘਟਨਾ ਲੁੱਟ ਖੋਹ ਵਾਲੀ ਹੈ ਜਾਂ ਕੋਈ ਹੋਰ ਹੈ? ਨਹੀਂ, ਲੁੱਟ ਖੋਹ ਦੀ ਲੱਗਦੀ, ਸਾਰਾ ਸਮਾਨ ਖਿਲ ਰਿਹਾ ਪਿਆ, ਜਿਵੇਂ ਲੁੱਟ ਖੋਹ ਨੂੰ ਅੰਜਾਮ ਦਿੱਤਾ ਉਹਨਾਂ ਨੇ, ਲੁੱਟ ਦੀ ਨੀਅਤ ਨਾਲ ਹੀ ਆਏ ਆ, ਸਾਰਾ ਕਮਰਿਆਂ ਸਮਾਨ ਖਿਲ ਰਿਹਾ ਪਿਆ, ਸਾਰੇ ਜੋ ਵੀ ਬੈੱਡਰੂਮ ਜਿੰਨੇ ਵੀ ਬਰੀਕ ਕੇਸ ਆ ਸਾਰੇ ਖਿਲ ਰਹੇ ਪਏ ਆ, ਸਮਾਨ ਤਲਾਸ਼ੀ ਕਰਦੇ ਰਹੇ, ਸਾਰੀ ਘਰ ਦੀ ਤਲਾਸ਼ੀ ਲੈ ਗਏ ਉਹ। ਅੱਛਾ, ਉਹ ਕਿਵੇਂ ਹੁਣ ਲਾ ਐਂਡ ਆਰਡਰ ਕਿਵੇਂ ਦੇਖਦੇ ਹੋ ਵੀ ਪਿੰਡਾਂ ਦੇ ਵਿੱਚ ਹੁਣ ਘਰੇ ਵੜ ਵੜ ਕੇ ਘਟਨਾਵਾਂ ਹੋਣ ਲੱਗ ਗਈਆਂ, ਪ੍ਰਸ਼ਾਸਨ ਕੀ ਕਰਦਾ ਜੀ ਫਿਰ? ਨਹੀਂ, ਪ੍ਰਸ਼ਾਸਨ ਦਾ ਵੇਖੋ ਹੁਣ ਇੱਦਾਂ ਹੁਣ ਇਕੱਲੇ ਇਕੱਲੇ ਕਰਤਾ ਤਾਂ ਔਖਾ ਨਾ, ਹੁਣ ਇਹ ਤਾਂ ਪ੍ਰਸ਼ਾਸਨ ਨੂੰ ਆਪਦਿਆਂ ਵੀ ਲੋਕਾਂ ਨੂੰ ਵੀ, ਪਹਿਲਾਂ ਵੀ ਇੱਕ ਘਟਨਾ ਹੋਈ ਹੈ ਕਹਿੰਦੇ ਟੀਚਰ ਨੂੰ ਘੇਰਿਆ ਕਿਸੇ ਨੂੰ, ਇਹ ਤਾਂ ਲੋਕਾਂ ਨੂੰ ਹੁਣ ਠਿਕਰੀ ਪੈਰੇ ਲਾਉਣੇ ਪੈਣਗੇ ਜੀ, ਆਪਦੇ ਆਪ ਜਾਗਰੂਕ ਹੋਣਾ ਪਊਗਾ, ਪ੍ਰਸ਼ਾਸਨ ਦਾ ਸਾਥ ਦੇਣਾ ਪਊਗਾ, ਤਾਂ ਕਰਕੇ ਚੱਲੂਗਾ, ਕਿਉਂ ਜ਼ਿਆਦਾ ਕੰਮ ਲੋਕ ਤਾਂ ਪ੍ਰਵਾਹ ਨਹੀਂ ਕਰਦੇ ਜੀ, ਉਹਨੂੰ ਇਹਦੇ ਨਾਲ ਲੋਕ ਸਹਿਯੋਗ ਦੇਣਗੇ ਸਾਡਾ। ਕੋਈ ਪਿੰਡਾਂ ਵਿੱਚ ਰਾਊਂਡ ਵਗੈਰਾ ਕੀਤਾ ਜਾਂਦਾ ਪ੍ਰਸ਼ਾਸਨ ਵੱਲੋਂ? ਬਿਲਕੁਲ ਕਰਦੇ ਆ ਜੀ, ਸਹੀ ਰਾਤ ਰਾਊਂਡ ਚੱਲਦਾ ਸਾਡਾ, ਗੱਡੀ ਚੱਲਦੀ ਪਿੰਡ 'ਚ, ਜਿਵੇਂ ਮੁਦਕੀ ਲੱਗਾ ਮੈਂ ਸਾਰੇ ਮੁਦਕੀ ਵੀ ਰਾਊਂਡ ਕਰਦੇ ਜੀ, 11 ਤੋਂ ਲੈ ਕੇ ਸੁਬਹਾ 4 ਵਜੇ ਰਾਊਂਡ ਚੱਲਦਾ ਸਾਡਾ ਜੀ।